ਆਕਲੈਂਡ ਵਸਦੇ ਭਾਰਤੀ ਭਾਈਚਾਰੇ ਦੀ ਖਿੱਚ ਦਾ ਕੇਂਦਰ ਰਹਿਣ ਵਾਲਾ ਦੀਵਾਲੀ ਫੈਸਟੀਵਲ ਜੋ ਕਿ ਕੁਈਨ ਸਟਰੀਟ ਤੇ ਮਨਾਇਆ ਜਾਂਦਾ ਹੈ ਅਤੇ ਇਸ ਫੈਸਟੀਵਲ ਵਿੱਚ ਦੋ ਦਿਨਾਂ ਦੌਰਾਨ ਨਿਊਜ਼ੀਲੈਂਡ ਭਰ ਤੋਂ 50 ਤੋਂ 60 ਹਜ਼ਾਰ ਦੀ ਗਿਣਤੀ ਵਿੱਚ ਭਾਰਤੀ ਭਾਈਚਾਰੇ ਅਤੇ ਹੋਰਾਂ ਭਾਈਚਾਰਿਆਂ ਦੇ ਲੋਕ ਪੁੱਜਦੇ ਨੇ। ਦਿਲਕਸ਼ ਚੌਲਾਂ ਅਤੇ ਸ਼ਾਨਦਾਰ ਨਜ਼ਾਰਿਆਂ ਨਾਲ ਭਰੇ ਇਸ ਤਿਉਹਾਰ ਨੂੰ ਕਾਊਂਸਲ ਨੇ ਕੋਰੋਨਾ ਦੇ ਹਾਲਾਤਾਂ ਦੇ ਮੱਦੇਨਜ਼ਰ ਨਾ ਕਰਵਾਉਣ ਦਾ ਫੈਸਲਾ ਲਿਆ। बीते साल भी इस फेस्टिवल नूं काफी छोटे पद्धर ते मनाउण दी इजाजत दित्ती गई सी। आयोजकां वल्लों हुण इस दी बजाए कुछ ऑनलाइन गतिविधियां करवाए जाण दा मन बनाया गया। ऑकलैंड दे मेयर फिलगॉफ ने इस फैसले ते दुख जताया है, पर नाल ही हालातां नूं भी दरकिनार ना करन दी गल भी कही है। तुहानूं इत्थे दस दईए कि इह फेस्टिवल अक्तूबर विच मनाया जांदा है। ब्यूरो रिपोर्ट, NZ पंजाबी न्यूज़।